ਕਾਸ਼ਵਾਣੀ ਜੰਮੂ ਹੈ ਸਨਿਆ ਖਬਰਿੰਚ ਤੁੰਦਾ ਸਵਾਗਤ ਪਹਿਲੇ ਖਾਸ ਖਬਰਿੰ ਕਰਨੇ ਮੈਂ ਵਿਜੇ ਬਜਾਜ ਰਿਆਸੀ ਜ਼ਿਲੇ ਚਾਜੋਏ ਦੇ ਟਾਕਰੇ ਦੌਰਾਨ ਸੁਰੱਖਿਆ ਬਲ ਨੇ ਇੱਕ ਕਤੰਗਵਾਦੀ ਕੀ ਮਾਰੀ ਮੁਕਾਇਆ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰੋਰੇ ਆਖਿਆ ਜੇ ਨਵੀਂ ਦਿੱਲੀ ਚ ਲੱਗਣ ਵਾਲੇ 18ਵੇਂ ਜੀ20 ਸ਼ਿਖਰ ਸੰਮੇਲਨ ਦੀ ਸਦਾ ਉਦਿਨ ਨਤੀਜੇ ਲਈ ਚੇਤਾ ਕੀਤਾ ਜਾਗ ਸਰਕਾਰ ਹੈ ਆਖਿਆ ਜਿ ਭਾਰਤ ਨੇ ਜੀ 20 ਦੀ ਆਪਣੀ ਪ੍ਰਧਾਨਤਾ ਦੇ ਤਹਿਤ ਵਿਸ਼ਵਿਕ ਦੱਖਣ ਦੀ ਆਵਾਜ਼ ਬੁਲੰਦ ਕਰਨ ਦੇ ਯਤਨ ਕੀਤੇ ਨਾ ਭਾਰਤ ਦੀ ਪ੍ਰਧਾਨਤਾ ਤਹਿਤ ਨਵੀਂ ਦਿੱਲੀ ਚ ਲੱਗਣ ਵਾਲੇ ਜੀ 20 ਸ਼ਿਖਰ ਸੰਮੇਲਨ ਲਈ ਤਿਆਰੀਆਂ ਜੋਰੇ ਸ਼ੋਰੇ ਚਲਾ ਕਰਦੀਆਂ ਤੇ ਮੁੱਖ ਸਟਰੀਵ ਡਾਕਟਰ ਅਰਣ ਕੁਮਾਰ ਮਿਆਤੌਰੇ ਆਖਿਆ ਜੇ ਜੰਮੂ ਕਸ਼ਮੀਰ ਚ ਭ੍ਰਸ਼ਟਾਚਾਰ ਦੀ ਬਿੰਦ ਵੀ ਗੁੰਜਾਇਸ਼ ਨਹੀਂ ਹੈ ਕਿ ਜੇ ਸਭ ਨੇ ਸੇਵਾएं ਕੀ ਆਨਲਾਈਨ ਬਣਾਈ ਦਿੱਤਾ ਗਿਆ ਹੈ ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ ਰਿਆਸੀ ਜ਼ਿਲ੍ਹੇ ਚ ਉਹਨੇ ਗੁਲਾ ਕੇ ਸਿਰ ਪਹਿਲੇ ਹੋਏ ਦੇ ਇੱਕ ਟਾਕਰੇ ਚ ਸੁਰੱਖਿਆ ਬਲੇ ਇੱਕ ਆਤੰਕਵਾਦੀ ਕੀ ਮਾਰੀ ਮੁਕਾਇਆ ਟਾਕਰੇ ਦੌਰਾਨ ਇੱਕ ਪੁਲਿਸ ਕਰਮੀ ਜ਼ਖਮੀ ਵੀ ਹੋ ਆਇਆ ਹੈ ਜੰਮੂ ਕਸ਼ਮੀਰ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਦੱਸਿਆ ਜੇ ਚਸਾਨਾ ਦੇ ਤੁਲੀ ਇਲਾਕੇ ਦੇ ਗਲੀ ਸੋਹਾਬ ਚ ਦੋ ਆਤੰਕਵਾਦੀਆਂ ਦੀ ਮੌਜੂਦਗੀ ਬਾਰੇ ਸੂਤ ਹੋਣੇ ਮਗਰਾ ਫੌਜ ਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰੀਏ ਉੱਥੇ ਤੁਪਾਈ ਅਭਿਆਨ ਚਲਾਇਆ ਇਸ ਦੌਰਾਨ ਉੱਥੇ ਛੱਪੇ ਦੇ ਆਤੰਕਵਾਦੀਆਂ ਸੁਰੱਖਿਆ ਬਲੇ ਪਰ ਗੋਲੀਬਾਰੀ ਕੀਤੀ ਜਿਹਦਾ ਤੁਰਤ ਬੰਕ ਦਾ ਪਰਤਾ ਦਿੱਤਾ ਕਿਆ ਟਾਕਰੇ ਦੌਰਾਨ ਸੁਰੱਖਿਆ ਬਲੈ ਇੱਕ ਆਤੰਕਵਾਦੀ ਕੀ ਮਾਰੀ ਮੁਕਾਇਆ ਹੈ ਉਹ ਇਸ ਬਾਰੇ ਹੋਰ ਬਿਉਰੇ ਕੀ ਬਲਕਿ ਅਚਾ ਕਰਦਾ ਹੈ ਵਿਦੇਸ਼ ਮੰਤਰੀ ਅਜੈ ਸ਼ੰਕਰ ਉਰਿਆਖੇ ਜਿਨਮ ਦਿੱਲੀ ਚ ਲੱਗਨੇ ਵਾਲਾ 18ਵਾਂ ਜੀ20 ਸਿਖਰ ਸੰਮੇਲਨ ਮੌਜੂਦਾ ਚੁਣੌਤੀਆਂ ਤੇ ਮੁੱਦੇ ਕਨੇ ਨਿਭੜਨੇ ਲਈ ਆਪਣੇ ਬੰਕ ਦੇ ਵਿਚਾਰੇ ਨਜ਼ਰੀਏ ਨਵੇੜੇ ਤੇ ਕੰਮੇ ਲਈ ਸਦਾ-ਸਦਾ ਲਈ ਯਾਦ ਰੱਖਿਆ ਜਾਗ ਰੂਸ ਤੇ ਚੀਨ ਦੇ ਰਾਸ਼ਪਤੀ ਦੇ ਇਸ ਜੀ 20 ਸ਼िखर ਸੰਮੇਲਨ ਚ ਸ਼ਾਮਲ ਨਹੀਂ ਹੋਣੇ ਬਾਰੇ ਪੁੱਛੇ ਕਿ ਦੇ ਇੱਕ ਸਵਾਲ ਦੇ ਪਰਤੇ ਚ ਵਿਦੇਸ਼ ਮੰਤਰੀਆਂ ਨੇ ਆਖਿਆ ਜਿਸ ਮੱਤਪੂਰਨ ਆਯੋਜਨ ਚ ਕਿਹੜੇ ਕਿਹੜੇ ਮੁਲਕ ਕਿਸ ਸੱਤਾ ਉੱਪਰ ਸ਼ਾਮਲ ਹੋਣ ਦੇ ਨ ਇਹਦੇ ਪਰ ਧਿਆਨ ਕੇਂਦ੍ਰਿਤ ਕਰਨ ਦੇ ਬਜਾਏ ਅਸਲ ਮੁੱਦਾ ਜਿਹਦੇ ਪਰ ਧਿਆਨ ਦੇਣ ਦੀ ਲੋੜ ਹੈ ਉਹ ਹੈ ਜੇ ਉਹਨੇ ਕੀ ਕਿਨਾ ਮਤਵ ਤੁੰਦਾ ਹੈ एसजे शंकर ਉਹ ਰਾਜ ਨਵੀਂ ਦਿੱਲੀ ਚ ਡੀਡੀ ਡਾਇਲੌਗ ਕੇ ਸੰਬੋਧਿਤ ਕਰ ਰਹੇ ਹੈ ਭਾਰਤ ਦੀ ਜੀ20 ਦੀ ਅðਿਖਸ਼ਤਾ ਦੇ ਦੌਰਾਨ ਅਫਰੀਕੀ ਸੰਘ ਦੀ T20 ਸੰਗਠਨ ਚ ਸ਼ਾਮਿਲ ਕੀਤੇ ਜਾਣ ਦੇ ਮੁੱਦੇ ਪਰ ਵਿਦੇਸ਼ ਮੰਤਰੀ ਹੋਰੇ ਮੇਦ ਪ੍ਰਗਟ ਕੀਤੀ ਜੇ ਇਹ ਇਸ ਸੰਮੇਲਨ ਚ ਮੁਮਕੀਨ ਹੋ ਗਾ जी ट्वेंटी भारत की अध्यक्षता च विकासशील घट विकसित मुल्खे आवाज को बढ़ावा देने ते अफ्रीकी देशों सकारात्मक समर्थन के निग्गर जतने कन्ने कने इने मुल्खें दा स्थाई मिंबर दे सजव, कने जी ट्वेंटी संगठन स्थायी मिम्बर बनाने च मदद थी यह गल जी ट्वेंटी संचालन विशेष सचिव मुक्तेश परदेशी हो आकाशवाणी समाचार कन्ने एक विशेष गलब दौरान आखी उद प्रकट की अफ्री मुल् की जी ट्वेंटी संगठन च शामिल करने के बारे च नमी दिल्ली च लगने वाले जी ट्वेंटी श शिखर सम्मेलन मंजूरी थोड़ी उन इबी आख्या भारत अपनी छवि बधाने अंतर्राष्ट्रीय सूची में राष्ट्रीय प्राथमिकताएं च पेश करने कामयाब रहा है विशेष सचिव और अगे जे जी ट्वेंटी देश की प्रगति की प्रदर्शित करने कुलसारी सतह का एक शानदार मौका है ने भारत बारे च दुनिया भर एक बेहतर सोच नैरेटिव बनता है श्री प्रदेषी जे दुनिया के कई मुल्कें डिजिटल क्षेत्र च भारत के योगदान दी की सराहना की उन्हें इबी आख भारत च आधार यूपीआई जनेा नि निग्गर ढांचा विकसित करने गेंगी। पूरी दुनिया के नेता महत्वपूर्ण मना करते हैंतवें ਜੀ 20 ਸ਼ਿਖਰ ਸੰਮੇਲਨ ਦੀ ਪੂਰੀ ਚਾਲੀ ਰਮਾਨਦਾਰੀ ਤੇ ਵਿਵਸਥਾ ਹਲੇ ਟੰਗੇ ਸਿਰ ਤੋੜ ਚਾੜਨੇ ਲਈ ਤਿਆਰੀਆਂ ਜ਼ੋਰੇ ਸ਼ੋਰੇ ਕਰਨੇ ਜਾਰੀ ਨ ਤੇ ਅੰਤਰਰਾਸ਼ਟਰੀ ਸਤਾ ਦੇ ਇਸ ਕਾਰਜਕ੍ਰਮ ਦੀ ਕਾਮਯਾਬ ਤੇ ਯਾਦਗਾਰ ਬਣਾਉਣ ਲਈ ਤਿਆਰੀਆਂ ਵਿੱਚ ਕੋਈ ਕਸਰ ਨਹੀਂ ਛੋੜੀ ਜਾ ਕਰਦੀ ਸਮੂਲਚੀ ਦਿੱਲੀ ਇਨੇ ਦਿਨੇ ਇੱਕ ਬਖਰੇ ਗੇ ਰੰਗੇ ਚ ਰੰਗੋਈ ਦੀ ਹੈ ਤੇ ਸੁਰੱਖਿਆ ਵਿਵਸਥਾ ਵੀ ਪੂਰੀ ਚਾਲੀ ਚਾਕ ਚੋ ਬੰਦ ਹੈ ਚੱਪੇ ਚੱਪੇ ਪਰ ਸੁਰੱਖਿਆ ਦੇ ਨਿਗਰ ਬੰਦੋਬਸਤ ਕੀਤੇ ਗਏ ਨੇ ਇਹਦੇ ਇਲਾਵਾ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਆਸਤੇ ਵੀ ਚੇਚੀਆਂ ਤਿਆਰੀਆਂ ਕੀਤੀਆਂ ਕੀਤੀਆਂ ਨੇ ਉਹਦੇ ਸਵਾਗਤ ਖਾਤਰਦਾਰੀ ਤੇ ਮਨੋਰੰਜਨ ਜੰਦੇਵੀ ਬੰਦੋਬਸਤ ਕੀਤੇ ਗਏ ਨੇ ਦਿੱਲੀ ਸ਼ਰਦੀ ਸਜਾਵਟ ਪਰ ਵੀ ਚੇਚਾ ਧਿਆਨ ਦਿੱਤਾ ਗਿਆ ਹੈ ਤੇ ਥਾਂ ਥਾਂ ਮੂਰਤੀਆਂ ਫੁੱਲਾਂ ਦੀ ਸਜਾਵਟ ਜੀ 20 ਦੇ ਲੋਗੋ ਰੰਗ ਬਿਰੰਗੀ ਰੋਸ਼ਨੀयां ਕੰਧੇ ਪਰ ਸ਼ਾਨਦਾਰ ਬਨਸ ਬੰਨੀ ਚਿੱਤਰਕਾਰੀ ਮੱਤ ਪੁੰਚੋ ਕਿੰਚ ਤੇ ਰਸਤੇ ਦੇ ਦੋਨੇ ਬਖੀ ਫੁਆਰੇ ਇਸ ਖੂਬਸੂਰਤੀ ਚ ਚਾਰ ਚੰਨ ਲਾ ਕਰ ਦੇਣਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਵਾਇਡਪਰ ਗੇ ਵਿਸ਼ੇਸ਼ ਮਹਿਮਾਨੇ ਲਈ ਬਖਰੇ ਲਾਂਚ ਬਣਾਏ ਗਏ ਨੇ ਚੀਨ ਦੇ ਰਾਸ਼ਪਤੀ ਸ਼ੀ ਜਿੰਗਪਿੰਗ ਹੋਰ ਇਸੇ ਹਸ ਤੇ ਨਵੀਂ ਦਿੱਲੀ ਚ ਲੱਗਣ ਵਾਲੇ ਜੀ 20 ਦੇ ਸ਼ੇਖਰ ਸੰमेलन ਚ ਇਸਾ ਲੈਣੇ ਲਈ ਭਾਰਤ ਨੈ ਆਉਣਗਨ ਤੇ ਇਹਦੇ ਚ ਸ਼ਿਰਕਤ ਕਰਨੇ ਵਾਲੇ ਚੀਨੀ ਸਿਸ਼ਟ ਮੰਡਲ ਦੀ ਅਗਵਾਈ ਉਥੋਂ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਗੰਗਨ ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਆਸਿਆ ਅੱਜ ਜਾਰੀ ਕੀਤੀ ਗਈ ਹੈ ਜਾਣਕਾਰੀ ਮੁજબ ਭਾਰਤੀ ਗਣਰਾਜ ਆਸਿਆ ਦਿੱਤੇ ਗਏ ਸੱਦੇ ਪਰ ਚੀਨ ਦੇ ਪ੍ਰਧਾਨ ਮੰਤਰੀ ਜਿਹੜੇ ਜੇ ਉਥੋਂ ਦੀ ਸਟੇਟ ਕਾਉਂਸਲ ਦੇ ਪ੍ਰੀਮੀਅਰ ਖਵਾਂਦੇਨ ਉਹ ਪਰ ਦੀ ਰਾਜਧਾਨੀ ਨਵੀਂ ਦਿੱਲੀ ਚ 9 ਤੇ 10 ਸਤੰਬਰ 2023 ਦੀ ਲਗਨਿਆਲੇ 18ਵੇਂ G20 ਸ਼ਿਖਰ ਸੰਮੇਲਨ ਚ ਸਾਲਾਂ ਲਈ ਚੀਨੀ ਦਲ ਦੀ ਅਗਵਾਈ ਕੰਗਨ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਵਕਤਾ ਮਾਓ ਨਿੰਗੂਰੇ ਇਹ ਬਿਆਨ ਜਾਰੀ ਕੀਤਾ ਹੈ ਕੇਂਦਰੀ ਸੂਚਨਾ ਤੇ ਪ੍ਰਚਾਰਨ ਮੰਤਰੀ ਅਨੁਰਾਗ ਸਿੰਘ ਠਾਕਰੋ ਨੇ ਸਾਫ ਕੀਤਾ ਹੈ ਜੇ ਸਰਕਾਰ ਦੀ ਸਮੇਂ ਕੁਲਾ ਪਹਿਲੇ ਚੋਣਾਂ ਕਰਵਾਉਣ ਦੀ ਕੋਈ ਯੋਜਨਾ ਨਹੀਂ ਹੈ ਇੱਕ ਪ੍ਰਾਈਵੇਟ ਟੈਲੀਵਿਜ਼ਨ ਚੈਨਲ ਕੀ ਦਿੱਤੇ ਗਏ ਇੱਕ ਇੰਟਰਵਿਊ 'ਚ ਮੰਤਰੀ ਨੇ ਆਖਿਆ ਜੇ ਆਉਂਦੇ ਵਿਧਾਨ ਸਭਾ ਚੁਣਾਂਗੇ ਆਮ ਚੋਣਾਂ ਕਰਨੇ ਕਰਵਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਉਹਨੇ ਚੋਣ ਸਮੇਂ ਕੁਲਾ ਪਹਿਲੇ ਜਾਂ ਦੇਰੀ ਕਰਨੇ ਬਾਰੇ ਮੀਡੀਆ ਜਵਾਬਦੀਆਂ ਖਬਰਾਂ ਕੀ ਸਿਰੇத் ਹਮਾਂ ਖਾਰਜ ਕਰਦੇ ਹੋਇਆ ਕਿਹਾ ਜੇ ਇੱਕ ਕਿਸ਼ ਮੀਡੀਆ ਚੈਨਲ ਨੇ ਦਾ ਆਪਣਾ ਅੰਦਾਜ਼ਾ ਹੋ ਸਕਦਾ ਹੈ ਅਨੁਰਾਗ ਸਿੰਘ ਠਾਕੁਰ ਨੇ ਆਖਿਆ ਕਿ ਸਰਕਾਰ ਨੇ ਇੱਕ ਰਾਸ਼ਟਰ ਇੱਕ ਚੋਣ ਪਰ ਇੱਕ ਸਮਿਤੀ ਦਾ ਗਠਨ ਕੀਤਾ ਹੈ ਤੇ ਇਸ ਸਮਿਤੀ ਦੇ ਬਾਰੇ ਸਰਬੰਧਿਤ ਇਤਿਹਾਰਕਿੰਕ ਨੇ ਵਿਆਪਕ ਸਲਾਹ ਸੂਤਰ ਕਰੀਏ ਆਪਣੇ ਸੁਝਾਅ ਦੇਗ ਆਉਂਦੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਰਵ ਦੇ ਮੱਦੇ ਨਜ਼ਰ ਕਿਸ਼ਤਵਾੜ ਦੇ ਐਸਐਸਪੀ ਖਲੀਲ ਪੋਸਵਾਲੋ ਨੇ ਇੱਕ ਉੱਚੀ ਸਤਾ ਦੀ ਸੁਰੱਖਿਆ ਜਾਇਜ਼ਾ ਮੀਟਿੰਗ ਦੀ ਪ੍ਰਧਾਨਤਾ ਕੀਤੀ ਇਸ ਮੌਕੇ ਉਹਨੇ ਆਖਿਆ ਕਿ ਜਨਮਾਸ਼ਟਮੀ ਇੱਕ ਬੜਾ ਗੇ ਮਹੱਤਵਪੂਰਨ ਪਰਵ ਹੈ ਤੇ ਸਭ ਨੇ ਸਰਬੰਧਿਤ ਅਧਿਕਾਰੀਆਂ ਦੀ ਲੋੜ ਹੈ ਜੋ ਬੜੀ ਮਤੀ ਸਤਰਕਤਾ ਬਣਾਈ ਰੱਖਣ ਤੇ ਕੰਨੇ ਇਸ ਗੱਲ ਹੈ ਕਿ ਯਕੀਨੀ ਬਣਾਣ ਕਿ ਕੋਈ ਵੀ ਰਾਸ਼ ਵਿਰੋਧੀ ਤੱਤ ਜ਼ਿਲ੍ਹੇ ਦੇ ਰਮਾਨਦਾਰੀ ਵਾਲੇ ਮੂਲ ਕੀ ਖਰਾਬ ਨਹੀਂ ਕਰੀ ਸਕੇ ਸਾਡੇ ਜ਼ਿਲ੍ਹਾ ਸੰਪਾਦਾਤਾ ਕੈਲਾਸ਼ਨਾਥ ਮੁਜਬ ਐਸਐਸਪੀ ਪੋਸਵਾਲੋ ਨੇ ਅਫਸਰ ਅਫਸਰਾਂ ਪਰ ਜ਼ੋਰ ਪਾਇਆ ਜੋ ਜ਼ਿਲ੍ਹੇ ਚ ਰਮਾਨਦਾਰੀ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਰਕਰਾਰ ਰੱਖਣੇ ਚ ਯੋਗਦਾਨ ਦੇਣ ਉਹਨੇ ਅਫਸਰਾਂ ਕੀ ਏਪੀ ਆਖਿਆ ਜੋ ਰਾਸ਼ਟ ਵਿਰੋਧੀ ਗਤੀਵਿਧੀਆਂ ਚ ਮਲਵਸ ਤੱਤਵੇਂ ਖਿਲਾਫ ਸਖਤ ਕਾਰਵਾਈ ਕਰਨ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪਰਾ ਸੁਣਾਰਦੇ ਹੋ ਬਾਕੀ ਦੀਆਂ ਖਬਰਾਂ ਕਰਨੇ ਵਿਜੇ ਬਜਾਜ ਮੁੱਖ ਸਚਿਵ ਡਾਕਟਰ ਅਰੁਣ ਕੁਮਾਰ ਮਹਿਤਾ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਚ ਉਹਨ ਪ੍ਰਸ਼ਟਾਚਾਰ ਦੀ ਕੋਈ ਥਾਰ ਗ ਨਹੀਂ ਰਹੀ ਗਈ ਕਿ ਜੇ ਸਭੇ ਸੇਵਾ ਆਨਲਾਈਨ ਕਰ ਦਿੱਤੀ ਗਈਆਂ ਉਨੇ ਆਖਿਆ ਜੇ ਬਖ ਬਖ ਯੋਜਨਾਇ ਤੇ ਮੰਚੇ ਪ੍ਰਣਾਲੀ ਚ ਪਰਦਰਸ਼ਤਾ ਆਂਦੀ ਹੈ ਤੇ ਇਸ ਗੱਲ ਆ ਕੀ ਯਕੀਨੀ ਬਨਾਇਆ ਜੇ ਸਰਕਾਰੀ ਖਜ਼ਾਨੇ ਥਮਾ ਪੈਸੇ ਦੀ ਚੋਰੀ ਨਹੀਂ ਹੋਇਆ ਡਾਕਟਰ ਮਹਿਤਾ ਉਰ ਯਾਂਖਿਆ ਜੇ ਪਹਿਲੇ ਇਹ ਗੱਲ ਆਖੀ ਜਾਂਦੀ ਹੀ ਜੇ 1 ਰੁਪਏ ਚਾ 10 ਪੈਸੇ ਥਮਾ ਵੀ ਕੱਟ ਜ਼ਮੀਨੀ ਸਤਹ ਪਰ ਪੁੱਜਦੇ ਹੈ ਪਰ ਅੱਜ ਐਸੀ ਬਵਸਥਾ ਕਾਇਮ ਕੀਤੀ ਗਈ ਹੈ ਜਿੱਥੇ ਪੂਰੀ ਦੀ ਪੂਰੀ ਰਕਮ ਗੈ ਜ਼ਮੀਨੀ ਸਤਹ ਤੱਕ ਰਪੂਜਾ ਕਰਦੀ ਹੈ ਮੁਖ ਸਚਿਵ ਹੋ ਰਾਜਸ਼ਟ੍ਰ ਨਗਰ ਚ ਭ੍ਰਸ਼ਟਾਚਾਰ ਮੁਕਤ ਜੰਮੂ ਕਸ਼ਮੀਰ ਅਭਿਆਨ ਕੀ ਸ਼ੁਰੂ ਕਰਵਾਉਣੇ ਮਗਰਾਂ ਪੱਤਰਕਾਰਾਂ ਕੀ ਸੰਬੋਧਿਤ ਕਰਾਰਤੇ ਹੈ ਉਨੇ ਆਖਿਆ ਕਿ ਅੱਜ ਦੇ ਪ੍ਰਸ਼ਾਸਨਿਕ ਮਨਜ਼ੂਰੀਆਂ ਤਕਨੀਕੀ ਮਨਜ਼ੂਰੀਆਂ ਈ ਟੈਂਡਰਿੰਗ ਬੁਬਸਥਾ ਤੇ ਹੋਰ ਨੇ ਲੋੜਛ ਦੀਆਂ ਮਨਜ਼ੂਰੀਆਂ ਦੇ ਵਿਜਨ ਕੋਈ ਪੈਸਾ ਕਢਾਇਆ ਨਹੀਂ ਜਾ ਸਕਦਾ ਉਨੇ ਇੱਬ ਵੀ ਆਖਿਆ ਕਿ ਸਰਕਾਰ ਆਪਣੀ ਤਰਫਾ ਹਰ ਮਮਕਨ ਗੈਂ ਪੁੱਟਾ ਕਰਦੀ ਹੈ ਪਰ ਪ੍ਰਦੇਸ਼ ਕੀ ਪੂਰੀ ਚਾਲੀ ਭ੍ਰਸ਼ਟਾਚਾਰਤਮਕ ਮੁਕਤ ਬਣਾਉਣੇ ਆਸਤੇ ਲੋਕਾਂ ਗੀ ਵੀ ਅੱਗੇ ਆਉਣਾ ਲੋੜਛ ਦਾ ਮੁੱਖ ਸਚਿਵਰੀਆਂ ਆਖਿਆ ਜੇ ਪ੍ਰਸ਼ਾਸਨ ਜੰਮੂ ਕਸ਼ਮੀਰ ਕੀ ਸੁਸ਼ਾਸਨ ਦੇ ਮਾਮਲੇ ਚ ਮੁਲਕ ਪਰ ਅਚ ਅਵਲ ਥਾਰਾ ਪਰ ਅਨ ਨਾ ਚਾਹਂਦਾ ਮੁੱਖ ਸਚਿਵ ਡਾਕਟਰ ਅਰਣ ਕੁਮਾਰ ਮਹਿਤਾ ਉਰ ਹੀ ਆਖਿਆ ਜੇ ਡਿਜੀਟਲਿਕਰਨ ਨੇ ਪ੍ਰਦੇਸ਼ ਚ ਸਾਰਵਜਨਿਕ ਸੇਵਾਇਨ ਦੀ ਦਸਤਾਯਾਬੀ ਚ ਬੜੀ ਮਤੀ ਬਿਹਤਰੀ ਆਂਦੀ ਹੈ ਤੇ ਪ੍ਰਦੇਸ਼ ਚ ਇਸੇ ਕਰੀਏ ਵਿਕਾਸ ਸੰਭਵ ਹੋਆ ਕਰਦਾ ਉਨੇ ਆਖਿਆ ਜੇ ਡਿਜੀਟਲਿਕਰਨ ਇਸ ਗੱਲ ਲਗੀ ਯਕੀਨੀ ਬਣਾ ਕਰਦਾ ਜੇ ਲੋਕ ਸਸ਼ਕਤ ਬਨਨ ਤੇ ਭ੍ਰਸ਼ਟਾਚਾਰ ਪਲਿਆ ਖਤਮ ਹੋਆ ਡਾਕਟਰ ਮਹਿਤਾਵਰਿ ਇਹ ਗੱਲ ਸ਼ਰਨਗਰ ਦੇ ਲਾਲ ਚੌਕ 'ਚ ਇੱਕ ਤਿਹਾੜੀ ਦੇ ਡਿਜੀਟਲ ਫੈਸਟ ਦੀ ਸ਼ੁਰੂ ਕਰਾਉਣੇ ਮਗਰਾਂ ਪੱਤਰਕਾਰਾਂ ਕਨੇਕਲ ਬਾਤ ਕਰਤੀ ਹੋਈ ਯਾਕੀ ਉਨੇਸ ਗੱਲ ਐ ਪਰ ਜ਼ੋਰ ਪਾਇਆ ਜੇ ਸ਼ਰਨਗਰ 'ਚ ਵਿਕਾਸ ਡਿਜੀਟਲਿਕਰਨ ਦੀ ਵਜ੍ਹਾ ਕਰਕੇ ممکن ਹੋਇਆ ਡਾਕਟਰ ਮਹਿਤਾਵਰਿ ਆਖਿਆ ਜੇ ਪ੍ਰਸ਼ਾਸਨ ਨੇ ਡਿਜੀਟਲਿਕਰਨ ਦੀ ਤਾਕਤ ਦਾ ਪੂਰਾ ਇਸਤੇਮਾਲ ਕੀਤਾ ਜਿਹਦੇ ਚਲਦੇ ਸਰਵਜਨਿਕ ਸੇਵਾਇਨ ਦੀ ਦਸਤੀਆਬੀ 'ਚ ਬੜਾ ਮਤਾਂ ਸੁਧਾਰ ਦਰਜ ਕੀਤਾ ਗਿਆ ਰਾਸ਼ਟਰਪਤੀ ਦ੍ਰਾਉਪਦੀ ਮੁਰਮੂਰੇ ਨੇ ਅੱਜ ਨਵੀਂ ਦਿੱਲੀ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਉੰਦੀ ਸਮਾਧੀ ਕਸ਼ ਉੰਦੀ 12 ਫੁੱਟ ਉੱਚੀ ਮੂਰਤੀ ਪ੍ਰਾਪੜ ਦਾਗਵਾੜਿਆ ਤੇ ਗਾਂਧੀ ਬਾਟਿਕਾ ਦਾ ਉਦਘਾਟਨ ਕੀਤਾ ਰਾਜਕਾਟ ਪਰ ਆਉਣ ਵਾਲੇ ਲੋਕਾਂ ਦੇ ਅਨੁਭਵ ਕੀ ਹੋਰ ਬਿਹਤਰ ਤੇ ਯਾਦਗਾਰ ਬਣਾਉਣੇ ਆਸਤੇ ਗਾਂਧੀ ਬਾਟਿਕਾ ਦੇ ਅੰਦਰ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ ਕੰਨੇ ਕੇ ਇਸ ਬਾਟਿਕਾ ਚ ਮਹਾਤਮਾ ਗਾਂਧੀ ਹੁੰਦੀਆਂ ਕਈ ਮੂਰਤੀਆਂ ਵੀ ਲਾਈਆਂ ਗਈਆਂ ਦੀਆਂ ਜਿੰਦੇ ਚ ਰਾਸ਼ਟ੍ਰਪਤਾ ਹੋ ਰੇਗੀ ਬਖ ਬਖ ਮੂਦਰਾਇਂ ਚ ਬੈਠੇ ਦੇ ਤੇ ਖੜੋਤੇ ਦੇ ਦਿਖਿਆ ਜਾ ਸਕਦਾ ਹੈ ਦਿੱਲੀ ਦੇ ਲੈਫਟ ਹੈਂਡ ਗਵਰਨਰ ਵੀ ਕੇ ਸਖਸੇਨਾ ਤੇ ਗਾਂਧੀ ਸਮ੍ਰਿਤੀ ਤੇ ਦਰਸ਼ਨ ਸਮਿਤੀ ਦੇ ਅਥਿਅਕਸ਼ ਵਿਜੇ ਕੋਇਲੋਰ ਵੀ ਇਸ ਮੌਕੇ ਉੱਤੇ ਮੌਜੂਦ ਹੇ ਇਸ ਮੌਕੇ ਆਪਣੇ ਸੰਬੋਧਨ ਚੁਣਿਆ ਕਿ ਆ ਜੇ ਮਹਾਤਮਾ ਗਾਂਧੀਉਂ ਦੇ ਵਿਚਾਰੇ, ਸਿੱਖਿਆਵਾਂ ਤੇ ਮੁੱਲ ਕਦਰਾਂ ਸਮੁੱਚੀ ਦੁਨੀਆ ਕੀ ਨਵੀਂ ਦਿਸ਼ਾ ਦਿੰਦੀ ਹੈ। ਉਹਨੇ ਆਖਿਆ ਜੇ ਮਹਾਤਮਾ ਗਾਂਧੀ ਉਹਨੇ ਉਸ ਬੇਲੇ ਦੁਨੀਆ ਕੀ ਅਹਿੰਸਾ ਦੀ ਬਾਤ ਦੱਸੀ ਹੀ ਜਿਸਲੇ ਸਮੁੱਚੀ ਦੁਨੀਆ ਜੰਗ, ਨਫ਼ਰਤ ਤੇ ਕਲੇ-ਕਲੇਸ਼ ਦੇ ਕੁਮਨਕੇਰੀ ਚ ਫਸੀਦੀ ਹੀ ਤੇ ਹਰ ਬਕੀ ਤਬਾਹੀ ਦਾ ਮੰਜ਼ਰ ਹ। ਉਹਨੇ ਅਗਿਆ ਆਖਿਆ ਜੇ ਮਹਾਤਮਾ ਗਾਂਧੀਉਂ ਦੇ ਸੱਚਾਈ ਕਰਨੇ ਅਨੁਭਵ ਤੇ ਅਹਿੰਸਾ ਦੀ ਤਾਕਤ ਦੇਖਨੇ ਨੇ ਉਹਨੇ ਕੀ ਦੁਨੀਆ ਦੀ ਸਬਨੇਸ਼ਾ ਮਖਾਨ ਤੇ ਇੱਕ ਕੱਦਾਵਰ ਸ਼ਖਸੀਅਤ ਬਣਾਈ ਦਿੱਤਾ। ਲਫਟਨੈਂਟ ਗਵਰਨਰ ਹੁੰਦੇ ਸਲਾਹਕਾਰ ਰਾਜੀਵ ਰਾਏ ਭਟਨਾਗਰੋ ਨੇ ਪ੍ਰਦੇਸ਼ ਸ਼ਹਿਰੀ ਵਿਕਾਸ ਏਜੰਸੀ ਦੇ ਕੰਮਕਾਜ ਤੇ ਕਰਕਰਤਗੀ ਦਾ ਜਾਇਜ਼ਾ ਲੈਣੇ ਵਾਸਤੇ ਅੱਜ ਸ਼ਟਨਗਰ ਆਲੇ ਸਿਵਲ ਸੈਕਟਰੀਏਟ ਚ ਇੱਕ ਬੈਠਕ ਲਾਈ ਇਸ ਮੌਕੇ ਸਲਾਹਕਾਰੋ ਨੇ ਦੀਨਦਿਆਲ ਅੰਤੋਦੇਯਾ ਯੋਜਨਾ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਦੇ ਅਮਲ ਆਵਰੀ ਚਾ ਸਲ ਪ੍ਰਗਤੀ ਦੀ ਸਮੀਖਿਆ ਕੀਤੀ ਸਲਾਹਕਾਰ ਹੋਰੇ ਮੁਤਲਕਾ ਐਲ ਕਾਰਿਆਂ ਪਰ ਜ਼ੋਰ ਪਾਇਆ ਜੇ ਉਹ ਸਭ ਨੇ ਸਰਬੰਧਤ ਮਹਿਕਮੇ ਤੇ ਏਜੰਸੀਆਂ ਕਰਨੇ ਨੇੜਮਾ ਤਾਲਮੇਲ ਬਣਾਈ ਕੇ ਕੰਮ ਕਰਨ ਤਾਂ ਜੇ ਏਜੰਸੀ ਦੇ ਲਕਸ਼ਾਂ ਦੀ ਅਸਰਦਾਰ ਢੰਗ ਨਾਲ ਹਾਸਲ ਕੀਤਾ ਜਾ ਸਕੇ ਸਲਾਹਕਾਰੋ ਨੇ ਅਫਸਰਾਂ ਦੀ ਆਖਿਆ ਜੇ ਉਹ ਲਾਭਾਰਥੀਆਂ ਦੀ ਲੋੜਚਦੀ مالی ਮਦਦ ਉਪਲਬਧ ਕਰਵਾਣ ਤਾਂ ਜੇ ਉਹ ਆਪਣੇ ਉਦਯਮ ਸਥਾਪਿਤ ਕਰੀਏ ਆਤਮ ਨਿਰਭਰ ਬਣੀ ਸਕਣ ਉਨੇ ਅਧਿਕਾਰੀਆਂ ਪਰ ਇਸ ਗੱਲ ਲਈ ਵੀ ਜ਼ੋਰ ਪਾਇਆ ਹੈ ਜਿਉ ਲਾਭਾਰਥੀਆਂ ਦੀ ਨਵੇਂ ਉਬਰਾ ਕਰਦੇ ਸਟਾਰਟਅਪ ਤੰਤਰ ਬਾਰੇ ਵੀ ਖਰੀ ਚਾਲੀ ਜਾਣਕਾਰ ਬਣਾਣ ਸੈਨਾ ਪ੍ਰਮੁੱਖ ਜਨਰਲ ਮਨੋਜ ਪਾਂਡੇ ਹੋਰੇ ਅੱਜ ਕਸ਼ਮੀਰ ਘਾਟੀ 'ਚ ਨਿਯੰਤਰਣ ਰੇਖਾ ਕਨੇ ਲੱਗਦੇ ਅਗੇਤਰੇ ਇਲਾਕਿਆਂ ਦਾ ਦੌਰਾ ਕੀਤਾ ਤੇ ਉੱਥੇ ਮੌਜੂਦ ਹਾਲਾਤ ਤੇ ਫੌਜ ਦੀਆਂ ਕਾਰਵਾਈਆਂ ਸਰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਾ ਰੱਖਿਆ ਸੂਤਰਾਂ ਨੇ ਦੱਸਿਆ ਜੇ ਜਨਰਲ ਪਾਂਡੇ ਹੋਰੇ ਆਪਣੇ ਦੌਰੇ ਦੌਰਾਨ ਸਮੂਲਚੀ ਕਸ਼ਮੀਰ ਘਾਟੀ ਦੇ ਪੂਰੇ ਪ੍ਰਾਤੇ ਸੁਰੱਖਿਆ ਹਾਲਾਤ ਦੇ ਬਾਰੇ ਵਿੱਚ ਵੀ ਜਾਣਕਾਰੀ ਹਾਸਲ ਕੀਤੀ ਉੱਥੇ ਤਨਾਤ ਫੌਜੀ ਕਮਾਂਡਰ ਨੇ ਉਨ੍ਹਾਂ ਦੀ ਮੌਜੂਦਾ ਸੁਰੱਖਿਆ ਾਲਾਤ ਤੇ ਕਾਰਵਾਈਆਂ ਸਰਬੰਧੀ ਤਿਆਰੀਆਂ ਦੇ ਬਾਰੇ ਚ ਵੀ ਬਿਓਰੇਵਾਰ ਜਾਣਕਾਰੀ ਦਿੱਤੀ ਸੈਨਾ ਪ੍ਰਮੁਖੋਰੇ ਉੱਥੇ ਤਨਾਤ ਅਫਸਰਾਂ ਜਵਾਨੇ ਤੇ ਉਰਦੂਏ ਫੌਜੀ ਅਮਲੇ ਦੇ ਕੰਮੇ ਦੀ ਸਰਾਨਾ ਕੀਤੀ ਤੇ ਆਖਿਆ ਜਿਉਂਦੀ ਨਿਸ਼ਠਾ ਾਲਾਤ ਪਰ ਕਾਬੂ ਸੁਰੱਖਿਤ ਮੌਲ ਬਣਾਈ ਰੱਖਣਾ ਤੇ ਦੇਸ਼ਾਂ ਦੀ ਰੱਖਿਆ ਲਈ ਦਿਨ ਰਾਤ ਡਟੇ ਦੇ ਰੌਣੇ ਦਾ ਜਜ਼ਬਾ ਬੜੀ ਮਤੀ ਸਰਾਨਾ ਦੇ ਕਾਬਿਲ ਹੈ ਤਿਆਖੀ ਦੇ ਚ ਖਾਸ ਖਬਰਾਂ ਕੁਰੀ ਪੜਤੀਆਂ ਰਿਆਸੀ ਜ਼ਿਲ੍ਹੇ ਚਾਜੋਹ ਦੇ ਇੱਕ ਟਾਕਰੇ ਚ ਸੁਰੱਖਿਆ ਬਲੈ ਇੱਕ ਆਤੰਕਵਾਦੀ ਕੀ ਮਾਰੀ ਮੁਕਾਇਆ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਉਹਨਾਂ ਆਖੇ ਜੇ ਨਵੀਂ ਦਿੱਲੀ ਚ ਲਗਨਿਆਲੇ 18ਵੇਂ G20 ਸਿਖੋ ਸੰਮੇਲਨ ਕੀ ਸਦਾ ਉਹਦੇ ਨਤੀਜੇ ਲਈ ਚੇਤਾ ਰੱਖਿਆ ਜਾਗ ਸਰਕਾਰਾਂ ਆਖਿਆ ਚ ਭਾਰਤ ਨੇ G20 ਦੀ ਆਪਣੀ ਪ੍ਰਧਾਨਤਾ ਤਹਿਤ ਵਿਸ਼ਵਿਕ ਦੱਖਣ ਦੀ ਆਵਾਜ਼ ਬੁਲੰਦ ਕਰਨ ਦੇ ਯਤਨ ਕੀਤੇ ਨ ਪਾਰਦੀ ਪ੍ਰਦਾਨਤਾ 8 ਨਵੀਂ ਦਿੱਲੀ ਚੋਣਿਆਲੇ ਜੀ 20 ਸ਼ਿਖਰ ਸੰਮੇਲਨ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਚਲਾ ਕਰਦੀਆਂ ਨਾ ਤੇ ਮੁੱਖ ਸਚਿਵ ਡਾਕਟਰ ਅਰਣ ਕੁਮਾਰ ਮਹਿਤਾ ਹੋਰ ਯਾਂਖੇ ਜਜਮੁ ਕਸ਼ਮੀਰ ਜ ਪ੍ਰਚਾਰ ਦੀ ਬਿੰਦ ਵੀ ਗੂੰਜਾਇਸ਼ ਨਹੀਂ ਹੈ ਕਿ ਜੇ ਸਭ ਨੇ ਸਿਵਾਇੰਗੀ ਆਨਲਾਈਨ ਬਣਾ ਦਿੱਤਾ ਗਿਆ ਇਹ ਦੇ ਕੰਨੇ ਗਏ ਖਬਰਦਾਨੀ ਬੁਲੇਟਿਨ ਸਮਾਪਤ ਹੋਆ